ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਵਸਦਾ ਹੈ ਅਤੇ ਆਸਟ੍ਰੇਲੀਆ ਦੇ ਤਰਜ਼ੇ ਜ਼ਿੰਦਗੀ ਉੱਪਰ ਸਿੱਖ ਭਾਈਚਾਰੇ ਨੇ ਆਪਣੀ ਵੱਡੀ ਛਾਪ ਛੱਡੀ ਹੈ। ਪਰ ਮੌਜੂਦਾ ਸਮੇਂ ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਵੱਲੋਂ ਬਦਲਵੇਂ ਮਾਹੌਲ ਦਰਮਿਆਨ ਮੌਜੂਦਾ ਵੇਲੇ ਦੀ ਭੂਮਿਕਾ ਦੀ ਪੜਚੋਲ ਕਰਦੀ ਕਾਨਫਰੰਸ ਮੈਲਬੌਰਨ ਵਿੱਚ ਕਰਵਾਈ ਗਈ। 22 ਫਰਵਰੀ 2020 ਨੂੰ ਜੰਗ ਸਿੱਖ ਪ੍ਰੋਫੈਸ਼ਨਲ ਨੈੱਟਵਰਕ ਐਨੂਅਲ ਕਾਨਫਰੰਸ ਵਿੱਚ ਭਾਈਚਾਰੇ ਦੀ ਬਿਹਤਰੀ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਦੇ ਪ੍ਰੋਗਰਾਮ ਉੱਪਰ ਖੁੱਲ੍ਹ ਕੇ ਚਰਚਾ ਹੋਈਆਂ। ਇਸ ਸਾਲਾਨਾ ਕਾਨਫਰੰਸ ਦਾ ਮਕਸਦ ਸਿੱਖ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਅਤੇ ਉਹਨਾਂ ਦੇ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਮਹੱਤਵਪੂਰਨ ਮਸਲਿਆਂ ਦੇ ਹੱਲ ਲਈ ਸਹਿਯੋਗ ਕਰਨਾ ਹੈ। ਇਸ ਸੰਮੇਲਨ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ 120 ਡੈਲੀਗੇਟ ਨੇ ਸ਼ਿਰਕਤ ਕੀਤੀ, ਜਿਸ ਵਿੱਚ ਇਸ ਖੇਤਰ ਦੇ ਕੁਝ ਉੱਘੇ ਨੇਤਾਵਾਂ ਵੱਲੋਂ ਵੀ ਪਹੁੰਚ ਕੀਤੀ ਗਈ, ਜਿਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਬਲਕਿ ਨਵੀਂ ਪੀੜ੍ਹੀ ਨੂੰ ਲੋਕ ਭਲਾਈ ਵਰਗੇ ਉੱਤਮ ਕੰਮਾਂ ਵੱਲ ਮੁੜਨ ਲਈ ਪ੍ਰੇਰਿਆ। ਕਾਨਫਰੰਸ ਦੌਰਾਨ ਪਿਛਲੀਆਂ 3 ਜਨਗਣਨਾ ਦੇ ਨਤੀਜਿਆਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਸਾਹਮਣੇ ਆਇਆ ਕਿ ਸਿੱਖ ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਨਸਲੀ ਘੱਟ ਗਿਣਤੀ ਹਨ। 2006 ਅਤੇ 2016 ਵਿਚਕਾਰ ਸਿੱਖ ਭਾਈਚਾਰੇ ਵਿੱਚ 404% ਦਾ ਇਜਾਫਾ ਹੋਇਆ, ਜਿਸ ਦੀ ਮੌਜੂਦਾ ਆਬਾਦੀ 1,25,000 ਹੈ। ਹਾਲਾਂਕਿ ਇਸ ਅੰਕੜਿਆਂ ਦੀ ਡੂੰਘਾਈ ਨਾਲ ਵੇਖਦਿਆਂ ਦਰਸਾਉਂਦਾ ਹੈ ਕਿ ਢਾਂਚਾਗਤ ਸਨਅਤ ਦੇ ਨਿਗਾਰ ਕਰਕੇ ਉਹਨਾਂ ਦਾ ਕੰਮ ਅਸਰਅੰਦਾਜ਼ ਹੋਇਆ ਹੈ। ਸਿਆਸਤ, ਸਿਹਤ, ਵਪਾਰ ਅਤੇ ਕਾਰੋਬਾਰ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਸਿੱਖ ਹਸਤੀਆਂ ਦੀ ਮੌਜੂਦਗੀ ਦਰਮਿਆਨ ਇਸ ਕਾਨਫਰੰਸ ਦੌਰਾਨ ਮੌਜੂਦ ਹਾਜ਼ਰੀਨ ਨੇ ਉਹਨਾਂ ਦੇ ਤਜਰਬਿਆਂ ਤੋਂ ਬਹੁਤ ਕੁਝ ਸਿੱਖਿਆ। ਰਿਵਰੀਨਾ ਆਇਜ਼ ਅਤੇ ਬਾਇਓ ਐਨਰਜੀ ਦੇ ਡਾਇਰੈਕਟਰ ਧਰੁਵ ਦੀਪਕ ਸਕਸੇਨਾ ਨੇ ਆਪਣੇ ਸੰਬੋਧਨੀ ਭਾਸ਼ਣ ਦੌਰਾਨ ਭਾਰਤ ਤੋਂ ਇੱਥੇ ਆਉਣ ਅਤੇ ਆਪਣੀ ਸਫਲਤਾ ਦੀ ਪੂਰੀ ਕਹਾਣੀ ਤਰਤੀਬਵਾਰ ਹਾਜ਼ਰੀਨ ਨਾਲ ਸਾਂਝੀ ਕੀਤੀ। ਮੌਜੂਦਾ ਪਰਿਪੇਖ ਵੱਲ ਸਭ ਦਾ ਧਿਆਨ ਖਿੱਚਦਿਆਂ ਧਰੁਵ ਦੀਪਕ ਸਕਸੇਨਾ ਨੇ ਹਾਜ਼ਰੀਨ ਨੂੰ ਇੱਕ ਅਜਿਹੇ ਭਵਿੱਖ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ ਜਿੱਥੇ ਪੱਛਮੀ ਜਗਤ ਅਜੇ ਬੰਗਾ ਅਤੇ ਸੁੰਦਰ ਪਚਾਈ ਵਰਗੀਆਂ ਹਸਤੀਆਂ ਨੂੰ ਭਾਰਤੀ ਭਾਈਚਾਰੇ ਦੀ ਨੁਮਾਇੰਦਗੀ ਵਜੋਂ ਮਾਨਤਾ ਦਿੰਦਾ ਹੈ। ਇਸ ਦੀ ਬਜਾਏ ਉਸਨੇ ਸਮੂਹਿਕ ਸਫਲਤਾ ਲਈ ਭਾਰਤੀ ਪ੍ਰਵਾਸੀਆਂ ਨੂੰ ਇਕੱਠੇ ਹੋਣ ਦੀ ਸਖ਼ਤ ਲੋੜ ਜ਼ਾਹਰ ਕੀਤੀ, ਜੋ ਸਮੁੱਚੇ ਭਾਈਚਾਰੇ ਦੀ ਭਰੋਸੇਯੋਗਤਾ ਬਹਾਲ ਕਰੇਗੀ। ਕਾਨਫਰੰਸ ਦੌਰਾਨ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਹਾਲ ਵਿੱਚ ਇੱਕ ਅਜਿਹਾ ਊਰਜਾ ਦਾ ਸੰਚਾਰ ਹੁੰਦਾ ਨਜ਼ਰ ਆਇਆ ਅਤੇ ਹਾਜ਼ਰੀਨ ਭਾਈਚਾਰੇ ਦੇ ਨਾਂ ਮੁਲਕਾਂ ਵਿੱਚ ਸੰਭਾਵੀ ਭਵਿੱਖ, ਚੁਣੌਤੀਆਂ, ਕਾਰੋਬਾਰੀ ਮਸਲਿਆਂ ਤੇ ਖੁੱਲ੍ਹ ਕੇ ਹੁੰਦੀ ਚਰਚਾ ਅਤੇ ਭਾਈਚਾਰੇ ਦੇ ਵਿਕਾਸ ਲਈ ਚੁੱਕੇ ਮਸਲਿਆਂ ਉੱਪਰ ਆਪਣੇ ਵਿਚਾਰ ਖੁੱਲ੍ਹ ਕੇ ਰੱਖਦੇ ਨਜ਼ਰ ਆਏ, ਜਿਸ ਦੇ ਭਵਿੱਖ ਵਿੱਚ ਉਸਾਰੂ ਸਿੱਟੇ ਨਿਕਲਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਕਾਨਫਰੰਸ ਵਿੱਚੋਂ ਇਹ ਉਮੀਦਾਂ ਜਾਗੀਆਂ ਹਨ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।